ਜਿਹੜਾ ਬਰਨਾਲੇ ਤੋਂ ਦੋ ਵਾਰੀ MLA ਹੈ ਅਤੇ ਬਰਨਾਲੇ ਦੇ ਲੋਕਾਂ ਨੇ ਦੋ ਵਾਰੀ ਪਰਖਿਆ ਹੋਇਆ। ਆ ਜਿੰਨੇ ਇੱਥੇ ਇਲੈਕਸ਼ਨ ਲੜ ਰਹੇ ਆ, ਇੱਕ ਦਾ ਘਰ ਨਾ ਰਿਹਾਇਸ਼ ਨਾ ਸੰਗਰੂਰ ਆ ਨਾ ਬਰਨਾਲੇ ਆ, ਸਾਰੇ ਕਿਰਾਏ ਦੇ ਮਕਾਨਾਂ 'ਤੇ ਰਹਿ ਕੇ ਇਲੈਕਸ਼ਨ ਲੜ ਰਹੇ ਆ। ਮੈਂ ਤਾਂ ਦੇਖੋ, ਬਾਕੀ ਤੁਸੀਂ ਭਾਈ ਸੰਗਰੂਰ ਵਾਲੇ ਆਪ ਹੋ, ਤੁਸੀਂ ਆਪ ਦੇਖਣਾ ਵੀ ਕਿਵੇਂ ਕਰਨਾ। ਮੈਂ ਤਾਂ ਟੈਂਟ ਵਾਲਿਆਂ ਨੂੰ ਬੇਨਤੀ ਕਰਦਾ, ਗੱਡੀਆਂ ਨੂੰ ਬੇਨਤੀ ਕਰਦਾ, ਹਲਵਾਈਆਂ ਨੂੰ ਬੇਨਤੀ ਕਰਦਾ ਵੀ ਭਾਈ ਤੁਹਾਡੇ ਤੋਂ 4 ਜੂਨ ਤੋਂ ਬਾਅਦ ਆ ਭਲੱਥ ਦੇ ਚੰਡੀਗੜ੍ਹ ਦੇ ਗੇੜੇ ਨਹੀਂ ਵੱਜਣੇ, ਆਪਦਾ ਹਿਸਾਬ ਕੈਸ਼ ਕਰੀ ਚੱਲਿਓ। ਕਿਉਂਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਭਾਈ ਭਲੱਥ ਨੂੰ ਬੱਸ ਕਿੱਥੋਂ ਜਾਂਦੀ ਹੈ, ਸਿੱਧੀ ਰੂਟ ਵੀ ਨਹੀਂ ਜਾਂਦਾ, ਬਦਲਣੀ ਪੈਂਦੀ ਹੈ ਪਤਾ ਨਹੀਂ ਕਿੱਥੋਂ ਕਿੱਥੋਂ, ਤੁਹਾਨੂੰ ਬਹੁਤ ਹੁਣ ਜ਼ਿਲ੍ਹਾ ਨਹੀਂ ਪਤਾ ਹੋਣਾ। ਸੋ ਦੇਖੋ ਚੋਣਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵੀ ਜਿਹੜੇ ਬੰਦੇ ਵੀ ਆ ਮੀਡੀਆ ਵਾਲੇ ਖੜ੍ਹੇ ਆ, ਕੋਈ ਟੈਂਟ ਟੁੰਟ ਕਿਸ ਤੋਂ ਲੈ ਰਿਹਾ, ਲੱਡੂ ਡੁੱਬ ਸਾਡੇ ਬਰਨਾਲੇ ਹਜੇ ਤੱਕ ਰੌਲਾ ਪਿਆ ਪਿਆ ਲੱਡੂਆਂ ਦਾ। ਆਹ ਸੁਰਿੰਦਰ ਭਾਸੀ ਵੀ ਆ ਲੜਿਆ ਸੀ ਉੱਥੋਂ ਅਤੇ ਹਜੇ ਤੱਕ ਲੱਡੂਆਂ ਦੇ ਪੈਸੇ ਨਹੀਂ ਦਿੱਤੇ। ਸੋ ਮੈਂ ਤੁਹਾਨੂੰ ਭਾਈ ਬੇਨਤੀ ਕਰੂੰਗਾ ਵੀ ਜਿਹਦਾ ਵੀ ਕੋਈ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਹੋਵੇ, ਟੈਂਟ ਟੁੰਟ ਦਾ ਕੰਮ ਲੱਡੂਆਂ ਦਾ ਹੋਵੇ, ਕਿੰਨੇ ਕਿਰਾਏ 'ਤੇ ਗੱਡੀ ਲਾਈ ਹੋਵੇ, ਉਹਨਾਂ ਨੂੰ ਕਹੋ ਭਾਈ ਰੋਜ਼ ਦਾ ਹਿਸਾਬ ਰੋਜ਼ ਕਰ ਲਿਆ ਕਰਨ। ਇਹਨਾਂ ਦਾ ਕੀ ਪਤਾ ਚੁੱਲੀ ਫਿੱਤਰ ਜਾ ਕੇ ਕਦੋਂ ਲੈ ਕੇ ਚਲੇ ਜਾਣ। ਕਿਉਂਕਿ ਜਿਹੜਾ ਇਲੈਕਸ਼ਨ ਇੱਥੇ ਆ ਕੇ ਕਿਰਾਏ ਦੇ ਮਕਾਨ 'ਤੇ ਲੜ ਰਹੇ ਆ, ਉਹਨੇ ਦੁਬਾਰਾ ਇੱਥੇ ਕੀ ਆਉਣਾ। ਮੀਤ ਦਾ ਬਰਨਾਲੇ ਕਚਹਿਰੀ ਚੌਂਕ 'ਚ ਘਰ ਹੈ, ਉੱਥੇ ਜੰਮਿਆ ਪਲਿਆ, ਉੱਥੇ ਵੱਡਾ ਹੋਇਆ ਅਤੇ ਲੋਕਾਂ ਨੇ ਪਰਖਿਆ, 2 ਇਲੈਕਸ਼ਨ ਉੱਥੋਂ ਜਿਤਾਇਆ ਅਤੇ ਪਹਿਲੀ ਇਲੈਕਸ਼ਨ ਮਾਤਾ ਜੀ ਤੁਸੀਂ ਬੈਠੇ ਹੋ, ਦੂਜੀ ਵਾਰੀ ਤੁਹਾਡੇ MC ਕੋਈ ਵਾਰਡ 'ਚੋਂ ਇੱਕ ਵਾਰੀ ਵੋਟਾਂ ਪਾ ਦਿੰਦੇ ਹੋ, ਦੂਜੀ ਵਾਰੀ ਤਾਂ ਆਪਣੇ ਉਹਦੇ 'ਚ ਚੰਗਾ ਕੰਮ ਕਰਦਾ। ਮੈਂ ਪਹਿਲੀ ਵਾਰੀ 2432 ਵੋਟਾਂ 'ਚ ਜਿੱਤੇ ਆ, ਆਮ ਪਰਿਵਾਰ ਦਾ ਮੁੰਡਾ, ਹਜ਼ਾਰਾਂ ਕਰੋੜ ਦੇ ਮਾਲਕਾਂ ਦੇ ਵਿਰੁੱਧ ਪਹਿਲੀ ਵਾਰੀ 2432, 5 ਸਾਲ ਕੰਮ ਕੀਤਾ ਅਤੇ 5 ਸਾਲਾਂ ਬਾਅਦ ਮੈਂ 40,000 ਵੋਟਾਂ 'ਤੇ ਜਿੱਤਿਆ। ਨਹੀਂ, ਇੰਨੀਆਂ ਵੋਟਾਂ ਕੋਈ ਐਵੇਂ ਨਹੀਂ ਪਾਉਂਦਾ, ਜੇ ਭਾਈ ਮੈਂ ਕੰਮ ਕਰਦਾ, ਲੋਕਾਂ 'ਚ ਵਿਚਰਦਾ, ਲੋਕ ਮੈਨੂੰ ਪਿਆਰ ਕਰਦੇ ਆ ਬਰਨਾਲੇ ਵਾਲੇ, ਤਾਂ ਹੀ ਉਹ ਇੰਨੀਆਂ ਵੋਟਾਂ ਪਾਈਆਂ। ਸੋ ਭਾਈ ਹੁਣ ਮੇਰੀ ਡਿਊਟੀ ਪਾਰਲੀਮੈਂਟ 'ਚੋਣਾਂ ਦੀ ਲਈ ਹੈ ਅਤੇ ਇਕੱਲਾ ਮੀਤ ਹੈ ਜਿਹੜਾ ਤੁਹਾਡਾ ਆਪਣਾ, ਜਿਹੜਾ ਸੰਗਰੂਰ ਪਾਰਲੀਮੈਂਟ ਦਾ ਆ। ਬਾਕੀ ਮੈਂ ਪਹਿਲਾਂ ਹੀ ਦੱਸਿਆ ਭਾਈ, ਸਾਰੇ ਇੱਥੇ ਕਿਰਾਏ ਦੇ ਮਕਾਨ ਲੈ ਕੇ ਇਲੈਕਸ਼ਨ ਲੜ ਰਹੇ ਆ।